ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅੱਜ ਬਣਾਉਣਾ ਹੈ ਧਨੀਏ ਦੀ ਚਟਨੀ ਉਹਦੇ ਲਈ ਮੇਰੇ ਕੋਲ ਧਨੀਏ ਦੀ ਇਕੱਠੀ ਤੇ ਨਾਲ ਮੈਂ ਲੈ ਲਿਆ ਚਾਰ ਹਰੀਆਂ ਮਿਰਚਾਂ ਛੋਟਾ ਜਿਹਾ ਟੁਕੜਾ ਆਦਰਕ ਦਾ ਤੇ ਦੋ ਲਸਣ ਦੀਆਂ ਕੰਡੀਆਂ ਤੇ ਅੱਧਾ ਨਿੰਬੂ ਤੇ ਨਾਲ ਮੇਰੇ ਕੋਲ ਇਹ ਆ ਮੂਫਲੀ ਤੇ ਥੋੜੇ ਜਿਹੀ ਪੁਜੇ ਹੋਏ ਮੂਫਲੀ ਦੇ ਦਾਣੇ ਇਹ ਆਪਸ਼ਨ ਆ ਤੇ ਉਸ ਤੋਂ ਬਾਅਦ ਨਾਲ ਮੈਂ ਯੂਜ਼ ਕੀਤਾ ਹੈਗਾ ਕਾਲਾ ਨੂਨ ਇਹ ਹੈਗਾ ਚੰਕੀ ਚਾਟ ਮਸਾਲਾ ਤੇ ਥੋੜਾ ਜਿਹਾ ਨੂਨ ਤੇ ਚਲੋ ਬਣਾਉ ਸ਼ੁਰੂ ਕਰਦੇ ਆਂ ਚਟਨੀ ਬਣਾਉਣਾ ਧਨੀਏ ਦੇ ਤੁਸੀਂ ਥੋੜੇ ਗੱਠਲ ਕੱਟ ਲੈਣੇ ਆ ਤੇ ਫਿਰ ਇਹਨੂੰ ਕੱਟ ਕੇ ਆਪਣੇ ਗ੍ਰਾਇੰਡਰ ਚ ਪਾ ਲੈਣਾ ਜੀ ਹਾਂਜੀ ਧਨੀਆ ਕੱਟ ਕੇ ਮੈਂ ਗ੍ਰਾਇੰਡਰ ਚ ਮਿਕਸ ਕਰ ਲਿਆ ਨਾਲ ਮਿਰਚਾ ਅਦਰਕ ਤੇ ਲਸਣ ਤੇ ਇਹਦੇ ਵਿੱਚ ਐਡ ਕਰਦੇ ਆਂ ਅੱਧਾ ਨਿੰਬੂ ਤੇ ਨਾਲ ਐਡ ਕਰਦੇ ਆਂ 3 tsp ਅੱਧਾ ਚਮਚ ਆਪਣਾ ਕਾਲਾ ਨੂਨ ਤੇ ਨਾਲ ਇਹ ਚੰਕੀ ਚਾਟ ਮਸਾਲਾ ਤੇ ਅੱਧਾ ਨੂਨ ਦਾ ਤੇ ਇਹਨੂੰ ਗ੍ਰाइंड ਕਰ ਲੈਨੇ ਆ ਜੀ। ਲਓ ਜੀ ਹਰੀ ਧਨੀਏ ਦੀ ਚਟਨੀ ਬਣ ਕੇ ਆਪਣੀ ਤਿਆਰ ਆ। ਲਓ ਦੀ ਚਟਨੀ ਆਪਣੀ ਤਿਆਰ ਆ ਤੇ ਇਸ ਨੂੰ ਮੈਂ ਇੱਕ ਬਾਕਸ ਚ ਕੱਢ ਲਿਆ। ਤੇ ਤੁਸੀਂ ਆਪਣੇ ਸਵਾਦ ਅਨਸਾਰ ਨਮਕ ਘੱਟ ਵੱਧ ਕਰ ਸਕਦੇ ਹੋ ਤੁਸੀਂ ਨੂੰ ਸਰਵ ਕਰ ਸਕਦੇ ਹੋ। ਚਾਹੇ ਦੀ ਰੋਟੀ ਨਾਲ ਖਾਓ ਚਾਹੇ ਪਕੌੜਿਆਂ ਨਾਲ ਖਾਓ ਜਾਂ ਬ੍ਰੈਡ ਪੀਸ ਨਾਲ ਖਾਓ। ਤੇ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਮਿੱਤਰਾਂ ਦਾ।